ਸਤ ਸ੍ਰੀ ਅਕਾਲ ਦੋਸਤੋ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਤੁਹਾਡੇ ਲਈ ਬਹੁਤ ਹੀ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਹਾਂ ਜੋ ਕਿ ਪੰਜਾਬ ਦੇ ਵਿੱਚ ਨਿਕਲ ਕੇ ਆ ਚੁੱਕਿਆ ਹੈ ਜੀ ਪੰਜਾਬ ਦੇ ਕੈਂਡੀਡੇਟ ਦੇ ਲਈ ਜਿਹੜੇ ਨਵੀਆਂ ਵੈਕੈਂਸੀਸ ਨੇ ਆਊਟ ਕੀਤੀਆਂ ਗਈਆਂ ਨੇ ਜਿਸ ਦੇ ਵਿੱਚ 8 ਤਰ੍ਹਾਂ ਦੀਆਂ ਅਲੱਗ-ਅਲੱਗ ਵੈਕੈਂਸੀਸ ਨੇ ਕਿੱਦਾਂ ਤੁਸੀਂ ਅਪਲਾਈ ਕਰਨਾ ਹੈ ਕੌਣ-ਕੌਣ ਅਪਲਾਈ ਕਰ ਸਕਦਾ ਹੈ ਪੂਰੀ ਜਾਣਕਾਰੀ ਅੱਜ ਦੀ ਇਸ ਵੀਡੀਓ ਵਿੱਚ ਤੁਹਾਨੂੰ ਮੈਂ ਦਵਾਂਗਾ ਸੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਚੈਨਲ ਤੇ ਫਸਟ ਟਾਈਮ ਆ ਰਹੇ ਹਾਂ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਹਰ ਇੱਕ ਅਪਡੇਟ ਤੁਹਾਡੇ ਮੋਬਾਈਲ ਦੇ ਵਿੱਚ ਤੁਹਾਨੂੰ ਮਿਲਦਾ ਰਹੇ ਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਪਾਓ ਅਸੀਂ ਆਪਣੇ ਚੈਨਲ ਤੇ ਹਰ ਤਰ੍ਹਾਂ ਦੀ ਵੈਕੈਂਸੀਜ਼ ਦੇ ਬਾਰੇ ਵਿੱਚ ਅਪਡੇਟ ਦੇਨੇ ਆ ਚਾਹੇ ਉਹ ਟੈਂਪੋਰਰੀ ਹੋਣ ਪਰਮਾਨੈਂਟ ਹੋਣ ਚਾਹੇ ਉਹ ਸਰਕਾਰੀ ਹੋਣੀ ਹੈ ਗੈਰ ਸਰਕਾਰੀ ਹਰ ਤਰ੍ਹਾਂ ਦੀਆਂ ਵੈਕੈਂਸੀਜ਼ ਚਾਹੇ ਸੈਮੀ ਗਵਰਨਮੈਂਟ ਹੋਣ ਹਰ ਤਰ੍ਹਾਂ ਦੇ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦੇ ਰਹਿਣਗੇ ਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਪਾਉਗੇ ਵੈਕੈਂਸੀਜ਼ ਦੀ ਗੱਲ ਕਰਾਂ ਤਾਂ ਹੋਰ ਕਈ ਵੈਕੈਂਸੀਜ਼ ਨੇ ਜਿਹੜੀਆਂ ਕਿ ਪੰਜਾਬ ਦੇ ਕੈਂਡੀਡੇਟ ਦੇ apply ਵੀ ਕਰ ਸਕਦੇ ਹੋ ਇਸੇ ਤਰ੍ਹਾਂ ਤੁਹਾਨੂੰ ਸਾਰੇ ਅਪਡੇਟ ਜਿਹੜੇ ਨੇ ਉਹ ਮਿਲਦੇ ਰਹਿਣਗੇ ਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਰਿਕਰੂਟਮੈਂਟ ਅਪਡੇਟ ਦੇ ਉੱਪਰ ਲੇਕਿਨ ਤੁਸੀਂ ਅਗਰ ਕਿਸੇ ਵੀ ਗਵਰਨਮੈਂਟ ਜੌਬ ਦੀ ਤਿਆਰੀ ਕਰ ਰਹੇ ਹੋ ਉਹਦੇ ਲਈ ਬੈਸਟ ਸਟੱਡੀ ਮਟੀਰੀਅਲ ਇਸ ਵੀਡੀਓ ਡਿਸਕ੍ਰਿਪਸ਼ਨ ਬਾਕਸ ਜੇ ਅਵੇਲੇਬਲ ਹੈ ਜੀ ਡਾਊਨਲੋਡ ਕਰਕੇ ਆਪਣੀ ਤਿਆਰੀ ਜਿਹੜੀ ਹੈ ਤੁਸੀਂ ਪੱਕੀ ਕਰ ਸਕਦੇ ਹੋ ਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ ਤੇ ਉੱਥੇ ਜਾ ਕੇ ਬਾਕੀ ਦੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਦਾ ਜੀ ਸਭ ਤੋਂ ਪਹਿਲਾਂ ਅਗਰ ਅਸੀਂ ਗੱਲ ਕਰੀਏ ਇਸ ਦੇ ਵਿੱਚ ਵੈਕੈਂਸੀਜ਼ ਦੀ फाइन आर्ट ਤੇ পি ایچ ਦੇ ਵੈਕੈਂਸੀਸ ਨੇ ਇਸ ਦੇ ਵਿੱਚ ਨੈਕਸਟ ਅਗਰ ਗੱਲ ਕਰੀਏ ٹی جی ٹی ਦੀਆਂ ਵੈਕੈਂਸੀਸ ਨੇ ਜੋ ਕਿ ਸੋਸ਼ਲ ਸਟਡੀ ਸੀ ਐਸ ਸੀ ਔਰ ਇੰਗਲਿਸ਼ ਦੀਆਂ ਵੈਕੈਂਸੀਸ ਨੇ ਇਹਦੇ ਵਿੱਚ ਸਪੈਸ਼ਲ ਐਜੂਕੇਟਰ ਦੀਆਂ ਵੈਕੈਂਸੀਸ ਵੀ ਆਊਟ ਕੀਤੀ ਹੈਗੀ ਯਾਨੀ ਕਾਉਂਸਲਰ ਦੀਆਂ ਵੀ ਨੇ ਪੀ ਆਰਟੀ ਦੀਆਂ ਪ੍ਰਾਇਮਰੀ ਟੀਚਰ ਦੀਆਂ ਵੈਕੈਂਸੀਸ ਨੇ ਔਰ ਇਸ ਦੇ ਵਿੱਚ ਅਸਿਸਟੈਂਟ ਟੀਚਰਸ ਦੀਆਂ ਵੈਕੈਂਸੀਸ ਨੇ ਜੋ ਕਿ ਕੰਪਿਊਟਰ ਆਰਟਸ ਡਾਂਸ 뮤직 ਯੋਗਾ ਬੀ ਪੀ ਐਡ تھیਟਰ ਸਟਡੀਆਂ ਲਾਇਬ੍ਰੇਰੀ ਤੇ ਐਨ ਸੀ ਸੀ ਦੀਆਂ ਵੈਕੈਂਸੀਸ ਨੇ ਔਰ ਇਸ ਦੇ ਵਿੱਚ ਨਰਸਿੰਗ ਅਸਿਸਟੈਂਟ ਦੀਆਂ ਐਡ ਹੌਕ ਵੈਕੈਂਸੀਸ ਤੇ ਨੇ ਪਾਰਟ ਟਾਈਮ ਬਾਕੀ ਬੈਡਮਿੰਟਨ ਟੇਬਲ ਟੈਨਿਸ ਇਹਦੀਆਂ ਵੈਕੈਂਸੀ ਜਿਹੜੀਆਂ ਨੇ ਆਊਟ ਕੀਤੀਆਂ ਗਈਆਂ ਨੇ ਇਸ ਦੇ ਵਿੱਚ ਅਗਰ ਅਸੀਂ ਗੱਲ ਕਰੀਏ ਵੈਕੈਂਸੀਜ਼ ਦੀ ਤਾਂ ਇਸ ਦੇ ਵਿੱਚ ਜਿਨ੍ਹਾਂ ਨੇ ਗ੍ਰੈਜੂਏਸ਼ਨ ਪੀ ਐਚ ਡੀ ਜਾਂ ਬੀ ਐਡ ਕੀਤੀ ਹੋਈ ਰੈਲੇਵੈਂਟ ਡਿਸਪਲਨ ਦੇ ਵਿੱਚ ਉਹ ਇਹਦੇ ਲਈ ਅਪਲਾਈ ਕਰ ਸਕਦੇ ਨੇ ਜਿੱਦਾਂ ਕਿ ਤੁਹਾਨੂੰ ਪਤਾ ਹੈ ਟੀਚਿੰਗ ਵਾਲੇ ਕੈਂਡੀਡੇਟਸ ਲਈ ਜਿਨ੍ਹਾਂ ਨੇ ਬੀ ਐਡ ਕੀਤੀ ਹੋਈ ਹੈ ਉਹ ਇਹਦੇ ਲਈ ਅਪਲਾਈ ਕਰ ਸਕਦੇ ਨੇ ਰੈਲੇਵੈਂਟ ਸਬਜੈਕਟ ਦੇ ਨਾਲ ਅਪਲਾਈ ਕਰ ਸਕਦੇ ਨੇ ਸਪੈਸ਼ਲ ਅਡਵੋਕੇਟਰ ਲਈ ਗ੍ਰੈਜੂਏਸ਼ਨ ਵਾਲੇ ਕੈਂਡੀਡੇਟ ਐਲੀਜੀਬਲ ਉਹਨਾਂ ਦੇ ਕਾਉਂਸਲਰ ਲਈ ਵੀ ਠੀਕ ਹੈ ਜੀ ਉਸ ਤੋਂ ਬਾਅਦ ਨੈਕਸਟ ਅਗਰ ਗੱਲ ਕਰੀਏ ਅ ਕਵਾਲੀਫਿਕੇਸ਼ਨ ਵਾਲੇ ਕੈਂਡੀਡੇਟ ਅਪਲਾਈ ਕਰ ਸਕਦੇ ਨੇ ਸੋ ਇਸ ਦੇ ਵਿੱਚ ਤੁਹਾਨੂੰ ਇਹਨਾਂ ਦੀ ਵੈਬਸਾਈਟ ਦੇ ਉੱਪਰ ਮਿਲ ਜਾਏਗਾ ਫੁੱਲ ਫਲੈਜ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਇਹ ਨੋਟੀਫਿਕੇਸ਼ਨ ਆਰ ਵੀ ਪਬਲਿਕ ਸਕੂਲ ਜੋ ਕਿ ਮਮੂਨ ਕੈਂਡਵਿਚ ਆਊਟ ਕੀਤੀਆਂ ਗਈਆਂ ਨੇ ਸੋ ਇਹ ਡੇਰਾ ਬਣਾਉਣ ਦੇ ਲਾਗੇ ਹੈ ਜਿਸ ਦੇ ਵਿੱਚ ਫਰੈਸ਼ ਜਿਹੜੇ ਕੈਂਡੀਡੇਟ ਨੇ ਜਿਹੜੇ 40 ਇਅਰ ਤੋਂ ਘੱਟ ਨੇ 1 April 2022 ਤੱਕ ਔਰ ਐਕਸਪੀਰੀਅੰਸ ਕੈਂਡੀਡੇਟ ਜਿਨ੍ਹਾਂ ਨੂੰ 5 ਸਾਲ ਦਾ ਐਕਸਪੀਰੀਅੰਸ ਹੈਗਾ ਟੀਚਿੰਗ ਦਾ ਲੈਸ 10 ਇਅਰ ਉਹ ਅਪਲਾਈ ਕਰ ਸਕਦੇ ਨੇ 52 ਸਾਲ ਦੀ ਉਮਰ ਤੱਕ ਦੇ ਔਰ ਇਸ ਦੇ ਵਿੱਚ ਅਪਲਾਈ ਕਰਨ ਲਈ ਫਾਰਮੈਟ ਇਹ ਤੇ ਜਾ ਕੇ ਚੈੱਕ ਕਰ ਸਕਦੇ ਹੋ ਜੀ ਔਰ ਇਸ ਦੇ ਵਿੱਚ 26 ਜੂਨ 2022 ਤੱਕ ਤੁਸੀਂ ਜਿਹੜੇ ਸਾਰੇ ਐਪਲੀਕੇਸ਼ਨ ਜਿਹੜੀਆਂ ਨੇ ਉਹ ਦੇ ਦੇ ਨੇ ਇਹਨੇ ਅਪਲਾਈ ਕਰ ਲਿਈ ਨੇ ਸ਼ਾਰਟਲਿਸਟਡ ਕੈਂਡੀਡੇਟ ਨੂੰ ਇੰਟਰਵਿਊ ਲਈ ਟੈਲੀਫੋਨਿਕਲੀ ਜਿਹੜਾ ਇਹ ਜੀ ਉਹ ਬੁਲਾਇਆ ਜਾ ਸਕਦਾ ਹੈ ਸੋ ਤੁਸੀਂ ਈਮੇਲ ਤੇ SMS ਦੇ ਇਨਟੀਮੇਸ਼ਨ ਡੇਟ ਆਫ ਟਾਈਮ ਇੰਟਰਵਿਊ ਤੁਹਾਨੂੰ ਦੱਸ ਦਿੱਤੀ ਜਾਏਗੀ ਸੋ ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈ ਜੀ ਇਹਨੂੰ ਨੋਟੀਫਿਕੇਸ਼ਨ ਤੁਸੀਂ ਡਾਊਨਲੋਡ ਕਰ ਸਕਦੇ ਹੋ ਡਿਸਕ੍ਰਿਪਸ਼ਨ ਚ ਤੁਹਾਨੂੰ ਮੈਂ ਲਿੰਕ ਜਿਹੜਾ ਜੀ ਉਹ ਦੇ ਦਿੱਤਾ ਹੈ ਜੀ ਸੋ ਇਹ ਸੀਗਾ ਅੱਜ ਦਾ ਨੋਟੀਫਿਕੇਸ਼ਨ ਫੁੱਲ ਫਲੇਜ ਨੋਟੀਫਿਕੇਸ਼ਨ ਹੈ ਦੀ ਵੈਬਸਾਈਟ ਤੇ ਅਵੇਲੇਬਲ ਹੈ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਸੋ ਮਿਲੂੰਗਾ ਜੀ ਹੁਣ ਤੁਹਾਨੂੰ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ